लुधियाना के जलंधर बाईपास नेड़े मल्होत्रा रिजोर्ट को अज 16 साल के नाबालिग को अगवा करके उसका कतल कर दिया गया। 50,000 रुपए की फरौती मंगी गई थी, जिस संबंधी मापिया ने पुलिस को जानकारी दी। पुलिस ने पूरा जाल बिछा के मुलजमान तक गिरफ्तार कर लिया, पर गिरफ्तारी तो बाद भी बच्चे नहीं बचा सके। अगे देर शाम उसकी लाश हुसैनपुर एरिया तो बरामद हुई। पुलिस ने अफसोस जताया, परिवार का इस मौके रो रो के बुरा हाल सी। उसके बाद आया नहीं रात पर। अच्छा जी। रात में कंप्लेंट कराया, भाई काम चल रहा था तब तक फोन आया 50,000 के लिए। अच्छा, 50,000 दी फरौती मंगी के फोन आया सीगा। अच्छा, उस तो बाद तब जाके उस कार को चला रहे हैं, कर रहे हैं। अच्छा, फोन किस नंबर तो आया सीगा, तो उसी पुलिस ने दसिया था जदे। अब जो जो लड़का फोन लेके गया था वो उसी फोन से किया था। अच्छा जी, तो उस तो बाद तुसी पुलिस को पहुंचे सीगे। पुलिस ने फिर मामला दर्ज कर लिया जी सारे। कोई बंदा फड़िया भी गया जदों तुसी उत्थे पैसे देण गया सीगे? नहीं, तुसी उत्थे पैसे दी फरौती रकम देण गए सीगे? कित्थे बुलाया सीगा तुहानू फोन करके? घंटा का। उस तो बाद की होया फिर? कुछ नहीं, बस पता चल गया कि यहां पे ये बच्चा थोड़ा कदों गायब होया सी? कल होया सी गायब? 4 बजे। बिल्कुल। थोड़ी मिली है कोई बच्चे की, कितनी उम्र है, की मामला है सर उसका पूरा? ਹੁਣ ਅਸੀਂ ਉੱਥੋਂ ਹੀ ਆਏ ਹਾਂ ਮੌਕੇ ਤੋਂ। ਇਹ ਬੱਚਾ ਹੈਗਾ ਜੀ, ਉਮਰ 16 ਸਾਲ ਹੈਗੀ ਹੈ, ਪ੍ਰੀਤ ਵਰਮਾ ਇਹਦਾ ਨਾਮ ਹੈ। ਇਹਦੇ ਬਾਰੇ ਸਾਨੂੰ ਅੱਜ ਕੰਪਲੇਂਟ ਆਈ ਸੀ ਮੋਰਨਿੰਗ ਕਿ ਬੱਚਾ ਘਰੋਂ ਮਿਸਿੰਗ ਹੈ, ਇਹਦੇ ਫਾਦਰ ਨੇ ਰਿਪੋਰਟ ਲਿਖਾਈ ਸੀਗੀ। ਅਸੀਂ ਉਹਨੂੰ ਜਿਹੜਾ ਕੇਸ ਰਜਿਸਟਰ ਕਰਤਾ ਸੀ ਅੰਡਰ ਸੈਕਸ਼ਨ 346 ITC। ਉਸ ਤੋਂ ਬਾਅਦ ਫਿਰ ਬਾਅਦ 'ਚ ਪਤਾ ਲੱਗਿਆ ਤਾਂ ਫਾਦਰ ਨੇ ਦੱਸਿਆ ਕਿ ਅਸੀਂ ਰਜਿਸਟਰ ਕਰ ਰਹੇ ਸੀ ਕਿ ਬੱਚਿਆਂ ਦਾ ਬੱਚਾ ਮੋਬਾਈਲ ਨਾਲ ਲੈ ਕੇ ਗਿਆ ਸੀ, ਬੱਚੇ ਦਾ ਮੋਬਾਈਲ ਬੰਦ ਆ ਰਿਹਾ ਸੀ। ਬੱਚੇ ਦਾ ਉਹੀ ਮੋਬਾਈਲ ਉਹਨੇ ਯੂਜ ਕਰਕੇ ਕਿਸੇ ਰੈਂਸਮ ਕਾਲ ਕੀਤੀ ਸੀ। ਫਿਰ ਅਸੀਂ ਇੱਥੇ ਪੁਆਇੰਟ ਜਿੱਥੇ ਦੱਸਿਆ ਗਿਆ ਸੀਗਾ ਕਿ ਫਰੌਤੀ ਦੀ ਉਹਨਾਂ ਨੂੰ ਬੁਲਾਇਆ ਗਿਆ ਸੀ, ਉੱਥੇ ਅਸੀਂ ਪੂਰਾ ਟਰੈਪ ਲਗਾ ਕੇ ਉਹ ਬੰਦਾ ਜੋ ਅਸੀਂ ਫੜ ਲਿਆ। ਫਿਰ ਉੱਥੋਂ ਅੱਗੇ ਇਨਵੈਸਟੀਗੇਸ਼ਨ ਕਰਦੀ। ਸਰ, ਡੈੱਡ ਬੋਡੀ ਕਿੱਥੋਂ ਮਿਲੀ ਹੈ ਜੀ? ਇਹ ਹੁਸੈਨਪੁਰ ਵਾਲੀ ਸਾਈਡ। ਅਤੇ ਕੋਈ ਤੇਜ਼ ਧਾਰ ਹਥਿਆਰਾਂ ਨਾਲ ਮਾਰਿਆ ਸੀ ਜਾਂ ਕਿਸ ਤਰ੍ਹਾਂ, ਮਤਲਬ ਨਿਸ਼ਾਨ ਕਿੱਟਾਂ ਨਾਲ ਮਾਰਿਆ? ਅਤੇ ਕੀ ਤੁਹਾਨੂੰ ਕਿੰਨੇ ਵਜੇ ਜਾਣਕਾਰੀ ਮਿਲੀ ਹੈ ਜੀ? ਅਸੀਂ ਜਦੋਂ ਬੰਦਾ ਇੱਕ ਜਿਹੜਾ ਦੋਸ਼ੀ ਅਰੈਸਟ ਕੀਤਾ ਉਹਦੀ ਪੁੱਛਗਿੱਛ ਕੀਤੀ ਹੈ, ਉਹਦੇ 'ਤੇ ਉਹਨੇ ਦੱਸਿਆ ਕਿ ਉੱਥੇ ਅਸੀਂ ਇੱਦਾਂ ਕਰ ਚੁੱਕੇ ਹਾਂ। ਅੱਗੇ ਕੀ ਕਾਰਵਾਈ ਕਰ ਰਹੇ ਸਰ? ਅਸੀਂ ਜਿਹੜੇ ਹੋਰ ਅਕਿਊਜ਼ਡ ਹੈਗੇ ਆ ਉਹਨਾਂ ਨੂੰ ਕੈਪਚਰ ਕਰਾਂਗੇ, ਬਾਕੀ ਬੋਡੀ ਦਾ ਪੋਸਟਮਾਰਟਮ ਕਰਾ ਕੇ ਜੋ ਅੱਗੇ ਨੈਕਸਟ ਕਾਰਵਾਈ ਆਪਾਂ ਉੱਥੇ ਆਵਾਂਗੇ। ਅਸੀਂ ਇਹਦੇ 'ਚ ਬੜਾ ਐਨ ਟਾਈਮ 'ਤੇ ਐਕਸ਼ਨ ਲਿਆ ਸੀਗਾ, ਪਰ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ। ਮਤਲਬ ਕਿ ਉਹ ਬੱਚੇ ਨੂੰ ਪਹਿਲੇ ਹੀ ਮਾਰ ਚੁੱਕੇ ਸੀ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਆਪਾਂ ਟਾਈਮਲੀ ਐਕਸ਼ਨ ਨਾਲ ਬੱਚੇ ਦੀ ਜਾਨ ਬਚਾ ਪਾਉਂਦੇ। ਜਿਹੜੇ ਬੱਚੇ ਨੂੰ ਵੈਰੀ ਫਸਟ ਕੱਲ੍ਹ ਹੀ ਜਦੋਂ ਹੀ ਬੱਚੇ ਨੂੰ ਲੈ ਕੇ ਗਏ ਆ ਉਦੋਂ ਇਹਨਾਂ ਨੇ ਮਾਰ ਚੁੱਕੇ ਸੀ। थैंक यू सर। एनकाउंटर लुधियाना तो टिंका की रिपोर्ट।